بسم اللہ الرحمن الرحیم السلام علیکم میرے یوٹیوب چینل تے دوستو میں اج تانو ایک بہت ہی خوبصورت اور بہت ہی دلچسپ ویڈیو دکھانا جا رہے ہاں یعنی بیلوں دے نال زمین دے اوپر ہل چلانا دوستو اے طریقہ بہت پرانا طریقہ اے پہلے پنجاب یادگار میدانی علاقیاں دے اندر اسی طریقے دے نال ہی فصل کاشت کیتی جاندی سی ਜ਼ਮੀਨ ਨੂੰ ਹਮਵਾਰ ਕਰਨ ਵਾਸਤੇ ਨਰਮ ਕਰਨ ਵਾਸਤੇ ਫਸਲ ਦੀ ਕਾਸ਼ਤ ਵਾਸਤੇ ਪਹਿਲੇ ਬੈਲਾਂ ਦੇ ਨਾਲ ਹਲ ਚਲਾਇਆ ਜਾਂਦਾ ਸੀ ਲੇਕਿਨ ਕਿਉਂਕਿ ਜਦੀਦ ਦੌਰ ਹੈ ਹੁਣ ਹਰ ਤਰਫ ਟਰੈਕਟਰ ਔਰ ਦ੍ਰਿਗਰ ਜਦੀਦ ਮਸ਼ੀਨਰੀ ਆ ਗਈ ਹੈ ਲੇਕਿਨ ਇਸ ਇਲਾਕੇ ਦੇ ਅੰਦਰ ਐਬਟਾਬਾਦ ਦੇ ਦੂਰ ਅਸਤਾਦਾ ਪਹਾੜੀ ਇਲਾਕਿਆਂ ਦੇ ਛੋਟੇ-ਛੋਟੇ ਗਵਾਂ ਦੇ ਵਿੱਚ ਨਾ ਤੇ ਟਰੈਕਟਰ ਪਹੁੰਚ ਸਕਦਾ ਹੈ ਨਾ ਕੋਈ ਜਨਦੀਦ ਮਸ਼ੀਨਰੀ ਆ ਸਕਦੀਏ ਤੇ ਇਹ ਲੋਕ ਅੱਜ ਵੀ ਇਸ ਜ਼ਮੀਨ ਨੂੰ ਨਰਮ ਕਰਨ ਵਾਸਤੇ ਹਲ ਚਲਾਉਂਦੇ ਨੇ ਬੈਲਾਂ ਦੇ ਨਾਲ ਬਹੁਤ ਹੀ ਖੂਬਸੂਰਤ ਨਜ਼ਾਰਾ ਹੈ ਮੁਸ਼ਕਲ ਜ਼ਰੂਰ ਹੈ ਲੇਕਿਨ ਦਿਲਚਸਪ ਹੈ ਇਹ ਦੇਖ ਰਹੇ ਹੋ ਦੋਸਤੋ ਕਿੰਨਾ ਖੂਬਸੂਰਤ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਇਹ ਹਲ ਚਲਾਇਆ ਜਾ ਰਿਹਾ ਹੈ ਮੁਸ਼ਕਲ ਜ਼ਰੂਰ ਹੈ ਇਹਦੇ ਵਾਸਤੇ ਇੱਕ ਹੀ ਆਦਮੀ ਮੁਸلسل ਹਲ ਨਹੀਂ ਚਲਾਉਂਦਾ ਬੈ ਲੋ ਹੀ ਨੇ ਲੇਕਿਨ ਥੋੜੀ ਦੇਰ ਬਾਅਦ ਇੱਕ ਆਦਮੀ ਬਦਲ ਜਾਂਦਾ ਦੂਸਰਾ ਆਦਮੀ ਆ ਜਾਂਦਾ ਇਹ ਮਿਲ ਜੁਲ ਕੇ ਹੱਲ ਨੂੰ ਚਲਾ ਕੇ ਤੇ ਫਸਲ ਵਾਸਤੇ ਜ਼ਮੀਨ ਤਿਆਰ ਕਰਦੇ ਨੇ ਦੋਸਤੋ ਇਸ ਤੋਂ ਪਹਿਲੇ ਇਸ ਜਗ੍ਹਾ ਦੇ ਉੱਤੇ ਇਹਨਾਂ ਨੇ ਗੰਧਮ ਕਾਸ਼ਤ ਕੀਤੀ ਸੀ ਗੰਧਮ ਕੱਟ ਲਈ ਗਈ ਏ ਔਰ ਹੁਣ ਮੱਕਈ ਦਾ ਸੀਜ਼ਨ ਆ ਰਿਹਾ ਏ ਮੱਕਈ ਕਾਸ਼ਤ ਕਰਨ ਵਾਸਤੇ ਫਸਲ ਤਿਆਰ ਕੀਤੀ ਜਾ ਰਹੀ ਏ ਜ਼ਮੀਨ ਤਿਆਰ ਕੀਤੀ ਜਾ ਰਹੀ ਏ ਹੱਲ ਚਲਾਇਆ ਜਾ ਰਿਹਾ ਏ ਜਿਸ ਵੇਲੇ ਇਹ ਮੁਕੰਮਲ ਜ਼ਮੀਨ ਤਿਆਰ ਹੋ ਜਾਏਗੀ ਫਿਰ ਇਹਦੇ ਵਿੱਚ ਮਕਈ ਦਾ ਬੀਜ ਬੋਇਆ ਜਾਏਗਾ ਪਾਣੀ ਵੀ ਨਹੀਂ ਹੈ ਇਸ ਇਲਾਕੇ ਦੇ ਵਿੱਚ ਕਿਉਂਕਿ ਕੋਈ ਨਹਿਰੀ ਨਿظام ਨਹੀਂ ਹੈ بارش ਹੁੰਦੀ ਹੈ بارش ਦੇ ਨਾਲ ਹੀ ਫਸਲਾਂ ਹੁੰਦੀਆਂ ਨੇ ਬੇਰਾਨੀ ਫਸਲਾਂ ਕਿਹਾ ਜਾਂਦਾ ਇਹਨਾਂ ਨੂੰ ਗੰਦਮ ਵੀ بارش ਦੇ ਨਾਲ ਹੀ ਹੋਈ ਸੀ ਔਰ ਹੁਣ ਜਿਹੜੀ ਮਕਈ ਦੀ ਫਸਲ ਹੋਏਗੀ ਉਹ ਵੀ بارش ਦੇ ਨਾਲ ਹੀ ਹੋਏਗੀ ਬਹੁਤ ਹੀ ਖੂਬਸੂਰਤ ਨਜ਼ਾਰਾ ਹੈ ਕਿੰਨੇ ਖੂਬਸੂਰਤ ਬੈਲ ਨੇ ਔਰ ਇਹ ਲੋਕ ਕਿੰਨੀ ਮਿਹਨਤ ਔਰ ਜਫਾਕਸ਼ੀ ਦੇ ਨਾਲ ਇਸ ਫਸਲ ਵਾਸਤੇ ਜ਼ਮੀਨ ਤਿਆਰ ਕਰ ਰਹੇ ਨੇ ਇਹ ਥੋੜੀ ਜੀ ਜਗ੍ਹਾ ਹੈ ਬੜੇ-ਬੜੀਆਂ ਇੱਥੇ ਜ਼ਮੀਨਾਂ ਨਹੀਂ ਹੈ ਬੜੇ-ਬੜੇ ਜ਼ਮੀਨਾਂ ਦੇ ਪਲਾਟ ਨਹੀਂ ਹੈ ਜਾਂ ਏਕੜਾਂ ਦੇ ਹਿਸਾਬ ਨਾਲ ਨਹੀਂ ਹੈ ਛੋਟੇ-ਛੋਟੇ ਟੁਕੜੇ ਨੇ ਉਹਨਾਂ ਟੁਕੜਿਆਂ ਦੇ ਅੰਦਰ ਹੀ ਇਹ ਹਲ ਚਲਾ ਕੇ ਤੇ ਆਪਣੇ ਵਾਸਤੇ ਫਸਲ ਕਾਸ਼ਤ ਕਰਦੇ ਨੇ ਔਰ ਦੋਸਤੋ ਫਸਲ ਕਾਸ਼ਤ ਕਰਨ ਤੋਂ ਬਾਅਦ ਇਹਨਾਂ ਦਾ ਇਹ ਹੀ ਸੋਚ ਹੁੰਦੀ ਹੈ ਕਿ ਜਿਸ ਵਕਤ ਫਸਲ ਪਕੇਗੀ ਫਿਰ ਅਸੀਂ ਇਹਦੇ ਤੋਂ ਨਫਾ ਕਮਾਵਾਂਗੇ ਔਰ ਇਹਦੇ ਨਾਲ ਆਪਣਾ ਰੋਜ਼ਗਾਰ ਚਲਾਵਾਂਗੇ ਉਮੀਦ ਕਰਨਾ ਦੋਸਤੋ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਵੇਗੀ ਜਿਨ੍ਹਾਂ ਦੋਸਤਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਇਸ ਤੋਂ ਪਹਿਲੇ ਉਹ ਸਬਸਕ੍ਰਾਈਬ ਵੀ ਕਰ ਲੈਣ ਔਰ ਦੋਸਤੋ ਮੇਰੀ ਵੀਡੀਓ ਨੂੰ ਮੁਕੰਮਲ ਵੇਖਣਾ ਵੀ ਲਾਈਕ ਵੀ ਕਰਨਾ ਸ਼ੇਅਰ ਵੀ ਕਰਨਾ ਔਰ ਇਹਦੇ ਤੇ ਕਮੈਂਟਸ ਜ਼ਰੂਰ ਕਰਨਾ ਤਾਂ ਕਿ ਤੁਹਾਡੇ ਕਮੈਂਟਸ ਤੋਂ ਮੈਨੂੰ ਪਤਾ ਚੱਲੇ ਕਿ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਪਸੰਦ ਆਈ ਏ ਉਮੀਦ ਕਰਨਾ ਵਾ ਕਿ ਇਸ ਵੀਡੀਓ ਤੋਂ ਬਾਅਦ ਆਣ ਵਾਲੀ ਵੀਡੀਓ ਵੀ ਇਨਸ਼ਾਅੱਲਾ ਇਸ ਤਰ੍ਹਾਂ